ਦੀ ਉੱਚਤਾ ਤੇ ਗੁਰਮੁਖ ਜੀਵਨ ਦੀ ਸੁੱਚਤਾ ਸੇਵਾ ਨੂੰ ਮਾਨਵੀ ਜੀਵਨ ਵਿੱਚ ਸਭ ਤੋਂ ਉੱਚਾ ਦਰਜਾ ਪ੍ਰਦਾਨ ਕਰਦੀ ਹੈ। ਇਹ ਸੇਵਾ ਜਿਸ ਭਾਗਾਂ ਵਾਲੇ ਦੇ ਹਿੱਸੇ ਆਵੇ ਉਹ ਹੀ ਕਹਾਉਂਦਾ ਸੇਵਕ ਤੇ ਗੁਰੂ ਦਾ ਸੱਚਾ ਸਿੱਖ। ਉਹੀ ਬਣਦਾ ਦੁਨੀਆਂ ਲਈ ਆਸ ਦੀ ਕਿਰਨ, ਵਿਸ਼ਵਾਸ ਦਾ ਕਿਨਾਰਾ, ਜੀਵਨ ਲਈ ਇੱਕ ਚਾਨਣ ਮੁਨਾਰਾ। ਜਿਸ ਚਾਨਣ ਮੁਨਾਰੇ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਉਹ ਨੇ ਬਾਬਾ ਬੁੱਧ ਸਿੰਘ ਜੀ। ਪੰਜਾਬ ਦੇ ਛੋਟੇ ਜਿਹੇ ਪਿੰਡ ਢਾਹਾਂ ਤੋਂ ਉਦੇ ਹੋਇਆ ਸੱਚੀ ਸੇਵਾ ਦਾ ਅਜਿਹਾ ਸੂਰਜ ਜਿਸ ਨੇ ਸੰਸਾਰ ਭਰ ਵਿੱਚ ਵਸਦੇ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰੀ। ਗੁਰਸਿੱਖ ਪਰਿਵਾਰ ਵਿੱਚ ਜਨਮੇ ਬਾਬਾ ਬੁੱਧ ਸਿੰਘ ਜੀ ਨੂੰ ਸਿੱਖ ਮਰਿਆਦਾ, ਸਿੱਖ ਸਿਧਾਂਤ ਤੇ ਗੁਰਬਾਣੀ ਦੇ ਫਲਸਫੇ ਅਨੁਸਾਰ ਸੇਵਾ ਤੇ ਦੀਨ ਦੁਖੀਆਂ ਦਾ ਦਰਦ ਵੰਡਾਉਣ ਦੀ ਭਾਵਨਾ ਵਿਰਸੇ ਵਿੱਚ ਮਿਲੀ। ਬਾਬਾ ਜੀ ਦਾ ਸੇਵਾ ਦੇ ਖੇਤਰ ਦੇ ਵਿੱਚ ਐਡਾ ਵੱਡਾ ਨਾਂ ਬਣਿਆ ਉਹ ਅੱਜ ਤੋਂ ਨਹੀਂ, ਇਹ ਬਚਪਨ ਤੋਂ ਇਹਨਾਂ ਨੂੰ ਲੈ ਲੱਗੀ ਹੋਈ ਹੈ। ਇਹਨਾਂ ਨੂੰ ਪਰਿਵਾਰਕ ਪਿਛੋਕੜ ਦੇ ਵਿੱਚੋਂ ਇਹ ਕੁਝ ਮਿਲਿਆ, ਇਹਨਾਂ ਨੂੰ ਵਿਰਸੇ ਦੇ ਵਿੱਚੋਂ ਇਹ ਕੁਝ ਮਿਲਿਆ। ਬਾਬਾ ਬੁੱਧ ਸਿੰਘ ਦੇ ਵਿੱਚ ਉਹ ਗੁਣ ਹਨ, ਉਹ ਚਮਤਕਾਰ ਹੈ ਜੋ ਲੋਕਾਂ ਦੀ ਭਲਾਈ ਵਿੱਚ ਆਪਣਾ ਜੀਵਨ ਲਾਏਗਾ। ਉਹ ਸਾਰੀਆਂ ਨਿਸ਼ਾਨੀਆਂ ਜੋ ਲੋਕ ਦੇਖਦੇ ਸੀ, ਅੱਜ ਬਾਬਾ ਬੁੱਧ ਸਿੰਘ ਜੀ ਆਪਣੀ ਬਹੁਤ ਵੱਡੀ ਉਮਰ ਵਿੱਚ ਵੀ ਉਹਨਾਂ ਤੇ ਚੱਲ ਕੇ ਲੋਕਾਂ ਦੇ ਰਾਜਨ ਇੱਕ ਕਰਕੇ ਸੇਵਾ ਕਰ ਰਹੇ ਹਨ। ਸੈਂਕੜੇ ਲੱਖਾਂ ਪੰਜਾਬੀਆਂ ਵਾਂਗ ਬਾਬਾ ਬੁੱਧ ਸਿੰਘ ਜੀ 1960 ਵਿੱਚ ਕੈਨੇਡਾ ਚਲੇ ਗਏ ਸਨ। ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ 18-18 ਘੰਟੇ ਕੰਮ ਕਰਦੇ ਰਹੇ, ਪਰ ਲੋਕਾਈ ਦੇ ਦਰਦ ਦੀ ਕਸਕ ਉਹਨਾਂ ਅੰਦਰ ਹਮੇਸ਼ਾ ਜ਼ਿੰਦਾ ਰਹੀ। ਉਹਨਾਂ ਨੇ ਕੰਮ ਕਰਨ ਦੇ ਨਾਲ ਨਾਲ ਪੰਜਾਬੀ ਬੱਚਿਆਂ ਨੂੰ ਮੁਫ਼ਤ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਕੰਮ ਆਰੰਭ ਕੀਤਾ। ਇਸੇ ਦੌਰਾਨ ਉਹਨਾਂ ਨੇ ਇੱਕ ਮੈਗਜ਼ੀਨ ਦੀ ਵੀ ਸ਼ੁਰੂਆਤ ਕੀਤੀ ਤਾਂ ਕਿ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੇ ਵਿਚਾਰਾਂ ਤੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ। ਉਹਨਾਂ ਦਾ ਇੱਕ ਹੋਰ ਵੱਡਾ ਉਪਰਾਲਾ ਸੀ ਪੰਜਾਬੀ ਸਿਖਾਉਣ ਅਤੇ ਪੰਜਾਬੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵੈਨਕੂਵਰ, ਸਰੀ ਅਤੇ ਰਿਚਮੰਡ ਵਿੱਚ ਪੰਜਾਬੀ ਦੇ ਸਕੂਲ ਖੋਲਣਾ। ਜਦੋਂ ਮੈਂ 1960 ਵਿੱਚ ਕੈਨੇਡਾ ਗਿਆ ਉੱਥੇ ਜਾ ਕੇ ਬਿਲਕੁਲ ਵੱਖਰਾ ਮੈਂ ਸਿਸਟਮ ਉਹਨਾਂ ਲੋਕਾਂ ਦਾ ਦੇਖਿਆ। ਇੱਕ ਤਾਂ ਬਹੁਤ ਹੱਡ ਭੰਨਵੀ ਮਿਹਨਤ ਕਰਦੇ ਸੀ ਤੇ ਦੂਜਾ ਆਪਣੀ ਕਮਿਊਨਿਟੀ ਨੂੰ ਉਜਾਗਰ ਕਰਨ ਲਈ ਦਿਨ ਰਾਤ ਉਹਨਾਂ ਦੀ ਮਦਦ ਕਰਦੇ ਸਨ। ਦੁਖੀਆਂ ਦੀ ਮਦਦ ਕਰਨੀ, ਗਰੀਬਾਂ ਦੀ ਮਦਦ ਕਰਨੀ, ਬਜ਼ੁਰਗਾਂ ਦੀ ਸੇਵਾ ਕਰਨੀ, ਬੱਚਿਆਂ ਨੂੰ ਬਾਹਰ ਸੈਰ ਲਈ ਜਾਣਾ, ਹੋਰ ਸਾਰਾ ਕੁਝ ਕਰਨਾ, ਇਹ ਉਹਨਾਂ ਵਿੱਚ ਸੀ। ਜਿਨ੍ਹਾਂ ਗੱਲਾਂ ਦੀ ਸਾਡੀ ਕਮਿਊਨਿਟੀ ਵਿੱਚ ਘਾਟ ਸੀ ਉੱਥੇ ਮੈਂ ਹੋਰ ਦੇਖੀਆਂ। ਭਾਵੇਂ ਮੇਰਾ ਮਨ ਇੱਥੇ ਤਿਆਰ ਸੀ ਇਹਨਾਂ ਗੱਲਾਂ ਲਈ, ਪਰ ਉੱਥੇ ਜਾ ਕੇ ਖਾਸ ਕਰਕੇ ਯਹੂਦੀਆਂ ਦੀ ਕੁਰਬਾਨੀ ਜਿਹੜੀ ਹੈ, ਜਿਹੜੇ ਇਕਨੋਮਿਕਲੀ ਸਾਰੀ ਅਮਰੀਕਾ ਵਿੱਚ ਆ ਗਏ ਸੀ, ਉਹਨਾਂ ਦੀ ਜਦੋਂ ਇਹ ਗੱਲ ਦੇਖੀ ਤਾਂ ਫਿਰ ਮੇਰੇ ਮਨ ਵਿੱਚ ਵੀ ਇਹ ਗੱਲ ਆਈ ਕਿ ਆਪਾਂ ਕੁਝ ਕਰੀਏ। ਉਹਨਾਂ ਨੂੰ ਕੈਨੇਡਾ ਵਿੱਚ ਰਹਿੰਦੇ ਹੋਏ 2 ਕੁ ਦਹਾਕੇ ਬੀਤ ਚੁੱਕੇ ਸਨ, ਪਰ ਉਹਨਾਂ ਨੂੰ ਆਪਣੇ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਦਰਦ ਬਾਰ ਬਾਰ ਟੁੰਬਦਾ ਸੀ, ਆਪਣੇ ਵੱਲ ਖਿੱਚਦਾ ਸੀ ਕਿ ਕੋਈ ਤਾਂ ਆਵੇ ਜੋ ਉਹਨਾਂ ਦੀ ਸਾਰ ਲਵੇ। ਬਸ ਇਸੇ ਪ੍ਰਭਾਵ ਅਧੀਨ ਬਾਬਾ ਬੁੱਧ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲਿਆ। 1979 ਵਿੱਚ ਉਹ ਆਪਣਾ ਸਾਰਾ ਕੰਮਕਾਜ ਛੱਡ ਕੇ ਸਦਾ ਲਈ ਆਪਣੇ ਦੇਸ਼ ਪਰਤ ਆਏ। ਜਦੋਂ ਮੈਂ ਉੱਥੇ ਇਕਨੋਮਿਕਲੀ ਐਸਟੈਬਲਿਸ਼ ਹੋ ਗਿਆ ਥੋੜਾ ਬਹੁਤ, ਮੇਰੇ ਕੋਲ 2 ਕੰਪਨੀਆਂ ਸਨ, ਕੰਸਟਰਕਸ਼ਨ ਕੰਪਨੀਆਂ, ਔਰ ਉਹਨਾਂ ਦਾ ਕੰਮ ਕਾਫੀ ਚੰਗਾ ਜ਼ੋਰ ਨਾਲ ਚੱਲ ਰਿਹਾ ਸੀ, ਤਾਂ ਮੇਰੇ ਮਨ ਵਿੱਚ ਉਸ ਵੇਲੇ ਆਇਆ ਕਿ ਹੁਣ ਆਪਾਂ ਨੂੰ ਛੱਡ ਕੇ ਇੱਥੋਂ ਚਲੇ ਜਾਣਾ ਚਾਹੀਦਾ, ਤਾਂ ਕਿ ਬੱਚੇ ਐਸਟੈਬਲਿਸ਼ ਹੋ ਗਏ ਸੀ, ਉਹਨਾਂ ਦੀਆਂ ਸ਼ਾਦੀਆਂ ਕਰਤੀਆਂ, ਪੜ੍ਹਾ ਦਿੱਤੇ ਯੂਨੀਵਰਸਿਟੀ ਦੇ ਥਰੂ, ਔਰ ਬੜੀਆਂ ਜੌਬਾਂ ਤੇ ਲੱਗ ਗਏ, ਤਾਂ ਫਿਰ ਮੇਰੇ ਮਨ ਨੇ ਫੈਸਲਾ ਕੀਤਾ ਕਿ ਚਲੋ ਦੇਸ਼ ਲਈ ਕੁਝ ਕਰੀਏ। ਸਮੇਂ ਦੀ ਲੋੜ ਨੂੰ ਦੇਖਦੇ ਹੋਏ ਬਾਬਾ ਬੁੱਧ ਸਿੰਘ ਜੀ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਆਪਣੇ ਜੱਦੀ ਪਿੰਡ ਢਾਹਾਂ ਵਿੱਚ 250 ਬਿਸਤਰਿਆਂ ਦਾ ਸਭ ਸਹੂਲਤਾਂ ਵਾਲਾ ਅਤਿ ਆਧੁਨਿਕ ਹਸਪਤਾਲ ਖੋਲਿਆ, ਜਿੱਥੇ ਜ਼ਰੂਰਤਮੰਦਾਂ ਨੂੰ ਕਾਫੀ ਘੱਟ ਖਰਚੇ ਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਹੋਈਆਂ। ਇਸੇ ਨਾਲ ਹੀ ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ, ਨਰਸਿੰਗ ਕਾਲਜ ਖੋਲ੍ਹ ਕੇ ਇੱਕ ਹੋਰ ਵੱਡਾ ਕਾਰਜ ਕੀਤਾ, ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ, ਜਿਸ ਨੇ ਪੰਜਾਬ ਵਿੱਚ ਨਰਸਿੰਗ ਦੀ ਪੜ੍ਹਾਈ ਦੇ ਨਵੇਂ ਰਾਹ ਖੋਲ੍ਹੇ। ਨਰਸਿੰਗ ਦਾ ਕਿੱਤਾ, ਜਿਸ ਨੂੰ ਪੰਜਾਬ ਵਿੱਚ ਬਹੁਤੇ ਸਤਿਕਾਰ ਨਾਲ ਨਹੀਂ ਸੀ ਦੇਖਿਆ ਜਾਂਦਾ, ਉਸ ਬਾਰੇ ਲੋਕਾਂ ਦੀ ਸੋਚ ਬਦਲੀ, ਇਲਾਕੇ ਵਿੱਚ ਵਿਦਿਆ ਦਾ ਚਾਨਣ ਫੈਲਿਆ, ਅਨੇਕ ਜ਼ਰੂਰਤਮੰਦ ਘਰਾਂ ਦੀਆਂ ਬੱਚੀਆਂ ਨੇ
ਇੱਥੋਂ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਬਣਾਈ, ਸੁਪਨੇ ਸਾਕਾਰ ਕੀਤੇ ਅਤੇ ਆਪਣੇ ਮਾਪਿਆਂ ਦਾ ਸਹਾਰਾ ਬਣੀਆਂ। ਬਾਬਾ ਬੁੱਧ ਸਿੰਘ ਜੀ ਦੇ ਸਿਰੜ ਅਤੇ ਇਮਾਨਦਾਰੀ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੂੰ ਹਰ ਪਾਸੇ ਤੋਂ ਭਰਪੂਰ ਸਹਿਯੋਗ ਮਿਲਿਆ। ਦੇਸ਼ ਵਿਦੇਸ਼ ਦੇ ਲੱਖਾਂ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਅਤੇ ਅਨੇਕ ਲੋਕ ਉਨ੍ਹਾਂ ਦੇ ਉਮਰ ਭਰ ਦੇ ਸਹਿਯੋਗੀ ਬਣ ਗਏ। ਅੱਜ ਤੋਂ 30 ਸਾਲ ਪਹਿਲਾਂ ਤਾਹਾਂ ਕਲੇਰਾਂ ਦੀ ਕਲਰ ਮਾਰੀ ਧਰਤੀ ਦੇ ਉੱਤੇ ਆ ਕੇ ਉਨ੍ਹਾਂ ਕਲਰਾਂ ਦੇ ਵਿਚ ਸੇਵਾ ਤੇ ਸਿੱਖਿਆ ਦੇ ਕੌਲ ਖਿਲਾਏ। ਧੰਨ ਸੁਵੰਸ਼, ਧੰਨ ਮਾਤਾ, ਧੰਨ ਪਿਤਾ, ਜਿਨ ਜਨ ਜਣੇ। ਉਸ ਪਰਿਵਾਰ ਨੂੰ, ਉਸ ਮਾਤਾ ਨੂੰ, ਉਸ ਪਿਤਾ ਨੂੰ ਵੀ ਨਤਮਸਤਕ ਹੁੰਦਾ ਆ ਜਿਨ੍ਹਾਂ ਨੇ ਇਹੋ ਜਿਹੇ ਸਪੂਤ ਨੂੰ ਜਨਮ ਦਿੱਤਾ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਜਿਨ੍ਹਾਂ ਦੇ ਸੀਨੇ ਵਿਚ ਸੁਪਨੇ ਪਲਦੇ ਨੇ ਉਨ੍ਹਾਂ ਨੂੰ ਨੀਂਦ ਕਿੱਥੇ, ਚੈਨ ਕਿੱਥੇ ਨਸੀਬ। ਉਨ੍ਹਾਂ ਦੇ ਰਸਤੇ ਭਾਵੇਂ ਬਦਲ ਜਾਣ ਪਰ ਮੰਜ਼ਿਲਾਂ ਤੋਂ ਉਹ ਕਦੇ ਨਹੀਂ ਖੁੰਝਦੇ। ਬਾਬਾ ਬੁੱਧ ਸਿੰਘ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਸੇਵਾ ਦੇ ਮਿਸ਼ਨ ਨੂੰ ਆਸਾਂ ਸੁਆਸਾਂ ਤੇ ਕਰਮਾਂ ਨਾਲ ਨਿਭਾਉਂਦੇ ਹੋਏ ਭਾਈ ਕਨਈਆ ਜੀ ਵਾਂਗ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਨੇ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦਾ ਸਫ਼ਰ ਅਜੇ ਵੀ ਜਾਰੀ ਹੈ। ਸਗੋਂ ਜਿਵੇਂ ਜਿਵੇਂ ਉਨ੍ਹਾਂ ਦੀ ਉਮਰ ਵੱਧ ਰਹੀ ਹੈ, ਹੌਸਲੇ ਹੋਰ ਬੁਲੰਦ, ਇਰਾਦੇ ਹੋਰ ਮਜ਼ਬੂਤ ਅਤੇ ਲੋਕਾਈ ਦੀ ਪੀੜ ਦੀ ਕਸਕ ਹੋਰ ਤੀਬਰ ਹੁੰਦੀ ਜਾ ਰਹੀ ਹੈ ਤੇ ਉਹ ਆਪਣੇ ਲਈ ਨਿਤ ਨਵੇਂ ਟੀਚੇ ਮਿੱਥਦੇ ਜਾ ਰਹੇ ਨੇ। ਉਨ੍ਹਾਂ ਨੇ ਹੁਣ ਆਪਣੀ ਕਰਮ ਭੂਮੀ ਬਣਾਇਆ ਹੈ ਬੀਤ ਅਤੇ ਕੰਢੀ ਦੇ ਇਸ ਥੋੜਾ ਮਾਰੇ ਇਲਾਕੇ ਨੂੰ। ਵੱਡੇ ਸ਼ਹਿਰਾਂ ਤੋਂ ਦੂਰ ਅਵਿਕਸਿਤ ਇਸ ਇਲਾਕੇ ਵਿਚ ਸਿਹਤ ਸਹੂਲਤਾਂ ਨਾ ਦੇ ਬਰਾਬਰ ਹੀ ਉਪਲਬਧ ਨੇ, ਜਿਸ ਕਰਕੇ ਲੋਕਾਂ ਨੂੰ ਇਲਾਜ ਕਰਾਉਣ ਲਈ ਬੜੀ ਦੂਰ ਦੂਰ ਜਾਣਾ ਪੈਂਦਾ ਤੇ ਕਈ ਵਾਰ ਇਲਾਜ ਖੁਣੋ ਲੋਕਾਂ ਨੂੰ ਜਾਨੀ ਨੁਕਸਾਨ ਵੀ ਝੱਲਣਾ ਪੈਂਦਾ। ਇਸੇ ਲਈ ਬਾਬਾ ਬੁੱਧ ਸਿੰਘ ਜੀ ਨੇ ਇਸ ਇਲਾਕੇ ਵਿਚ ਇਕ ਬਹੁਤ ਵੱਡਾ ਹਸਪਤਾਲ ਬਣਾਉਣ ਦਾ ਅਹਿਦ ਲਿਆ। ਇਹੀ ਹੈ ਨਵਾਂ ਗ੍ਰਾਂ ਕੁਲਪੁਰ ਦੀ ਉਹ 25 ਏਕੜ ਜ਼ਮੀਨ ਜਿੱਥੇ ਉਸਾਰਿਆ ਜਾਣਾ ਹੈ ਸੰਸਾਰ ਪੱਧਰੀ ਸਹੂਲਤਾਂ ਵਾਲਾ ਹਸਪਤਾਲ। 500 ਬਿਸਤਰੇ ਵਾਲਾ ਇਹ ਹਸਪਤਾਲ ਹਰ ਤਰ੍ਹਾਂ ਦੀਆਂ ਆਧੁਨਿਕ ਡਾਕਟਰੀ ਸਹੂਲਤਾਂ ਪ੍ਰਦਾਨ ਕਰੇਗਾ। ਹਰ ਤਰ੍ਹਾਂ ਦੇ ਚੈੱਕਅਪ ਤੇ ਇਲਾਜ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ੀਨਾਂ, ਮਾਹਿਰ ਡਾਕਟਰਾਂ ਦੀ ਟੀਮ ਹਮੇਸ਼ਾ ਮੌਜੂਦ ਰਹੇਗੀ, ਜਿਸ ਸਦਕਾ ਇਲਾਕੇ ਦੇ ਲੋਕ ਸੰਸਾਰ ਪੱਧਰੀ ਸਿਹਤ ਸਹੂਲਤਾਂ ਇੱਥੇ ਹੀ ਪ੍ਰਾਪਤ ਕਰ ਸਕਣਗੇ। ਇਹ ਧਰਤੀ ਉਹ ਆ ਜਿਹੜੀ ਗੁਰੂ ਸਾਹਿਬਾਨ ਦੇ ਪਵਿੱਤਰ ਚਰਨਾਂ ਨਾਲ ਪਵਿੱਤਰ ਹੋਈ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਇੰਦੀ ਗਏ, ਗੁਰੂ ਹਰਗੋਬਿੰਦ ਸਾਹਿਬ ਗਏ ਔਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਖਾਲਸਾ ਪੰਥ ਸਾਜਿਆ, ਜਿਨ ਬੜੀ ਸਮੁੱਚੇ ਦੇਸ਼ ਦੀ ਬੜੀ ਵੱਡੀ ਸੇਵਾ ਕੀਤੀ ਹੈ। ਸੋ ਅਸੀਂ ਆਪ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ, ਇਹ ਇਲਾਕਾ ਬੜਾ ਗਰੀਬ ਲੋਕਾਂ ਦਾ ਇਲਾਕਾ ਆ ਔਰ ਬੜਾ ਜੰਗਲ ਬੀਆਬਾਨ ਦਾ ਇਲਾਕਾ ਆ, ਜਿੱਥੇ ਨਾ ਵਿਦਿਅਕ ਅਦਾਰੇ ਆ ਤੇ ਨਾ ਮੈਡੀਕਲ ਅਦਾਰੇ ਆ। ਇਸ ਕਰਕੇ ਅਸੀਂ ਇੱਥੇ ਆਏ ਹਾਂ ਔਰ ਗੁਰੂ ਦੀ ਕਿਰਪਾ ਨਾਲ ਹੀ ਆਏ ਹਾਂ ਤਾਂ ਕਿ ਇਨ੍ਹਾਂ ਲੋਕਾਂ ਦੀ ਮਦਦ ਵਾਸਤੇ, ਇਨ੍ਹਾਂ ਦੀ ਸਿਹਤ ਲਈ, ਇਨ੍ਹਾਂ ਦੇ ਬੱਚਿਆਂ ਦੀ ਵਿਦਿਆ ਲਈ ਇੱਥੇ ਅਦਾਰੇ ਬਣਾ ਸਕੀਏ। ਪਰ ਇਹ ਬਣਨੇ ਤਾਂ ਰਹੀ ਆ, ਜਿੱਦਾਂ ਤੁਸੀਂ ਪਹਿਲਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ, ਇੱਦਾਂ ਹੁਣ ਵੀ ਸਾਥ ਦੇਵੋ। ਚਾਹੇ ਤੁਸੀਂ ਦੇਸ਼ ਚ ਹੋ, ਚਾਹੇ ਵਿਦੇਸ਼ ਚ ਹੋ, ਚਾਹੇ ਕਿਤੇ ਵੀ ਹੋ, ਜੋ ਤੁਸੀਂ ਆਪਣੇ ਆਪ ਘੱਲ ਸਕਦੇ ਹੋ ਉਹ ਤੁਹਾਨੂੰ ਘੱਲ ਦੇਣਾ ਚਾਹੀਦਾ ਤਾਂ ਕਿ ਅਸੀਂ ਇਸ ਅਦਾਰੇ ਨੂੰ ਬਹੁਤ ਛੇਤੀ ਸ਼ੁਰੂ ਕਰਕੇ ਇਹਨੂੰ ਮੁਕੰਮਲ ਕਰੀਏ। ਬਾਬਾ ਜੀ ਦਾ ਇਹ ਵੀ ਸੁਪਨਾ ਕਿ ਆਉਣ ਵਾਲੇ ਸਾਲਾਂ ਵਿਚ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਹਸਪਤਾਲ ਖੋਲਣ ਦੇ ਨਾਲ ਨਾਲ ਸੀਨੀਅਰ ਸੈਕੰਡਰੀ ਸਕੂਲ, ਪੈਰਾ ਮੈਡੀਕਲ ਕਲਾਸਿਸ, ਮੈਡੀਕਲ ਕਾਲਜ ਤੇ ਪ੍ਰਾਈਵੇਟ ਮੈਡੀਕਲ ਯੂਨੀਵਰਸਿਟੀ ਵੀ ਖੋਲੀ ਜਾਏ। ਬਾਬਾ ਜੀ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਬੇਨਤੀ ਪ੍ਰਵਾਨ ਕਰਕੇ ਇਹ ਪ੍ਰੋਜੈਕਟ ਇੱਥੇ ਸ਼ੁਰੂ ਕੀਤਾ। ਜਿਵੇਂ ਤੁਹਾਨੂੰ ਪਤਾ ਹੈ ਕਿ ਕੋਈ ਵੀ ਪ੍ਰੋਜੈਕਟ ਪੈਸੇ ਤੋਂ ਬਗੈਰ ਸਿਰੇ ਨਹੀਂ ਚੜ੍ਹਦਾ, ਬਹੁਤ ਵੱਡਾ ਕਰੋੜਾਂ ਦਾ ਪ੍ਰੋਜੈਕਟ ਹੈ, ਇਸ ਲਈ ਸਾਰੇ ਇਲਾਕੇ ਦੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ। ਮੈਂ ਸਮੁੱਚੇ NRI ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ NRI ਭਰਾ ਇਸ ਅਦਾਰੇ ਦਾ ਸਾਥ ਦੇਣ। ਇਹ ਵੱਡੀ ਸੋਚ ਲੈ ਕੇ ਬਾਬਾ ਬੁੱਧ ਸਿੰਘ ਢਾਹਾਂ ਕਲੇਰਾਂ ਵਾਲੇ ਦੁਨੀਆ ਦੀ ਹਰ ਕੰਟਰੀ ਵਿਚ ਗਏ। ਇਨ੍ਹਾਂ ਨੇ ਕਮ ਸੇ ਕਮ 40 ਫੇਰੀਆਂ ਲਾਈਆਂ ਸਮੁੱਚੇ ਵਰਲਡ ਵਿਚ ਤੇ ਵੱਡਾ ਯੋਗਦਾਨ ਲਿਆ NRI ਭਰਾਵਾਂ ਤੋਂ।
ਉਹਨਾਂ ਵਿੱਚ ਜੌਨ ਸਿੰਘ ਗਿੱਲ, ਦਦਾਰ ਸਿੰਘ ਬੈਂਸ, ਟੁੱਟ ਬ੍ਰਦਰ, ਗੁਰਚੰਦ ਸਿੰਘ ਰੱਕੜ, ਕਿਰਪਾਲ ਸਿੰਘ ਸਹੋਤਾ, ਹੋਰ ਸਾਡੇ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਚੈਨ ਸਿੰਘ ਖੇੜਾ, ਕੇਵਲ ਸਿੰਘ, ਜਗਜੀਤ ਸਿੰਘ ਨਾਗਰਾ, ਨਿੱਜਰ ਬ੍ਰਦਰਸ, ਲਾਖ ਬਰਾੜ, ਅਨੇਕਾਂ ਵੀਰ ਨੇ ਜਿਨ੍ਹਾਂ ਦੇ ਮੈਂ ਨਾਮ ਸਾਰਿਆਂ ਦੇ ਸ਼ਾਇਦ ਨਾਂ ਲੈ ਸਕਾਂ। ਉਹਨਾਂ ਵੀਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਪਿਛਲੇ ਅਦਾਰੇ ਲਈ, ਅਗਲੇ ਅਦਾਰੇ ਲਈ ਵੀ ਅਸੀਂ ਇਹ ਤੜਫ ਰੱਖਦੇ ਹਾਂ ਕਿ ਉਹ ਪੰਜਾਬੀ ਭਰਾ, NRI ਭਰਾ ਇਸ ਅਦਾਰੇ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ। ਮੈਂ ਆਭਾਰੀ ਹਾਂ, ਰਿਣੀ ਹਾਂ ਇਲਾਕੇ ਦੀ ਤਰਫੋਂ ਅਤੇ ਆਪਣੀ ਤਰਫੋਂ, ਜਿਹੜਾ ਇਹਨਾਂ ਨੇ ਸਾਡੇ ਇਸ ਥੋੜ ਮਾਰੇ ਇਲਾਕੇ ਦੀ ਸੇਵਾ ਕਰਨ ਦੇ ਲਈ ਬਾਂਹ ਪਕੜੀ ਹੈ। ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਜਿਹੜਾ ਆਹ ਕੰਢੀ ਇਲਾਕਾ ਬਹੁਤ ਵਧੀਆ ਥਾਂ ਆ, ਇਹ ਇਸ ਗਰੀਬ ਏਰੀਏ ਥਾਂ ਇੰਨਾ ਵਧੀਆ ਹੋਸਪਿਟਲ ਬਣਾ ਦੇਣਗੇ, ਮੈਂ ਤਾਂ ਵੱਡੇ ਵਿਸ਼ਵਾਸ ਨਾਲ ਕਹਿ ਸਕਦਾ। ਇਸ ਪ੍ਰੋਜੈਕਟ ਦੇ ਵਿਚ ਨਾ ਕੇਵਲ ਲੱਖਾਂ ਬਲਕਿ ਕਈ ਕਰੋੜ ਰੁਪਇਆ ਖਰਚ ਹੋਣ ਵਾਲਾ ਹੈ। ਸੋ ਇਸ ਮਿਸ਼ਨ ਵਾਸਤੇ ਮੈਂ ਸਾਰੇ ਇਲਾਕੇ ਨੂੰ ਮੈਂ ਅਪੀਲ ਕਰਦਾ, ਸਾਰੇ ਇੰਪਲੋਈਜ਼ ਨੂੰ ਮੈਂ ਅਪੀਲ ਕਰਦਾ, ਜਿਨ੍ਹਾਂ ਦੇ ਪਾਸ ਫਾਈਨੈਂਸ਼ੀਅਲ ਸਾਧਨ ਹਨ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਵੱਧ ਚੜ੍ਹ ਕੇ ਇਹਦੇ ਵਿਚ ਆਪਣਾ ਯੋਗਦਾਨ ਪਾਉਣ। ਮੈਂ ਸੰਗਤਾਂ ਨੂੰ, ਇਸ ਇਲਾਕੇ ਦੀਆਂ ਨੂੰ ਅਪੀਲ ਕਰਦੀ ਹਾਂ ਕਿ ਅਸੀਂ ਵੀ ਆਪਣੇ ਦਸਾਂ ਨੋਹਾਂ ਦੀ ਕਮਾਈ ਦੇ ਵਿਚੋਂ ਦਸਵੰਧ ਕੱਢ ਕੇ ਇਸ ਯੱਗ ਦੇ ਵਿਚ ਹਿੱਸਾ ਪਾਈਏ, ਤਾਂ ਕਿ ਇਸ ਇਲਾਕੇ ਦੇ ਲਈ ਇਹ ਜੋ ਪ੍ਰੋਜੈਕਟ ਸ਼ੁਰੂ ਹੋਇਆ ਹੈ ਜਲਦੀ ਤੋਂ ਜਲਦੀ ਇਹ ਉਚਾਈਆਂ ਵੱਲ ਨੂੰ ਜਾਵੇ। ਬਾਬਾ ਜੀ ਸਾਡੇ ਲਈ ਫਰਿਸ਼ਤਾ ਸਾਬਤ ਹੋਏ ਹੈ ਜਿਨ੍ਹਾਂ ਨੇ ਸਿਹਤ ਸੇਵਾਵਾਂ ਦੇਣ ਦੀ ਗੱਲ ਕੀਤੀ ਹੈ। ਮੈਂ ਬੇਨਤੀ ਕਰਦਾ ਇਲਾਕਾ ਨਿਵਾਸੀਆਂ ਨੂੰ, ਇਸ ਹਸਪਤਾਲ ਦੇ ਵਿਚ ਕੱਲੇ ਬਾਬਾ ਬੁੱਧ ਸਿੰਘ ਜੀ ਨਹੀਂ ਸਾਰੇ ਇਲਾਕੇ ਦੇ ਲੋਕ ਯੋਗਦਾਨ ਪਾਉਣ। ਇਹ ਹਸਪਤਾਲ ਜਿਹੜਾ ਤਦ ਕਾਮਯਾਬ ਹੋ ਸਕਦਾ, ਤਦ ਲੋਕਾਂ ਨੂੰ ਸਿਹਤ ਸੇਵਾਵਾਂ ਮਿਲ ਸਕਦੀਆਂ, ਤਦ ਗਰੀਬ ਗੁਰਬੀ ਦਾ ਭਲਾ ਹੋ ਸਕਦਾ। ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਤੁਸੀਂ ਹੋਰ ਵੀ ਵੱਧ ਚੜ੍ਹ ਕੇ ਸਾਥ ਸਹਿਯੋਗ ਦਿਓ ਤਾਂ ਕਿ ਪ੍ਰੋਜੈਕਟ ਸਿਰੇ ਹੋ ਕੇ, ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੂੰ ਵੀ ਸਦੀਆਂ ਲਈ ਇਸ ਗੱਲ ਦੀ ਸੌਖ ਹੋ ਜਾਵੇ। ਇਹਨਾਂ ਦੇ ਮਨ ਚ ਤੜਪ ਸੀਗੀ ਵੀ ਇਸ ਕੰਢੀ ਔਰ ਬੀਰ ਦੇ ਇਲਾਕੇ ਦੇ ਵਿਚ ਕੁਛ ਕਰਨਾ ਚਾਹੀਦਾ ਹੈਗਾ। ਇਹ ਜੰਗਲ ਚ ਮੰਗਲ ਲਾਣ ਦੀ ਇਹਨਾਂ ਨੇ ਕਿਰਪਾਲਤਾ ਕੀਤੀ ਹੈ। ਜਿੰਨਾ ਸਾਤੋਂ ਹੋ ਸਕਦਾ ਹੈਗਾ ਅਸੀਂ ਜ਼ਰੂਰ ਕਰਾਂਗੇ, UK ਤੋਂ ਵੀ ਅਸੀਂ ਕਰਾਂਗੇ, ਲੇਕਿਨ ਇਹ ਕਾਮਯਾਬ ਹੋਣਾ ਹੈਗਾ ਔਰ ਹੋ ਕੇ ਰਹੇਗਾ। ਬਾਬਾ ਬੁੱਧ ਸਿੰਘ ਜੀ ਵੱਲੋਂ ਆਰੰਭੇ ਹਰ ਵੱਡੇ ਤੋਂ ਵੱਡੇ ਕਾਰਜ ਨੂੰ ਹਮੇਸ਼ਾ ਅਪਾਰ ਕਾਮਯਾਬੀ ਮਿਲੀ ਹੈ। ਲੋਕਾਂ ਦੇ ਵਿਸ਼ਵਾਸ ਅਤੇ ਸਾਥ ਦੇ ਨਾਲ ਨਾਲ ਉਹਨਾਂ ਨਾਲ ਚੱਲਣ ਵਾਲੇ ਕੁਝ ਸਿਰੜੀ ਸਿੱਧਕੀ ਵਿਅਕਤੀਆਂ ਦੀ ਮਿਹਨਤ ਸਦਕਾ, ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਨਾਮ ਹੈ ਬੀਬੀ ਸੁਸ਼ੀਲ ਕੌਰ ਜੀ ਦਾ, ਜੋ ਕੋਈ ਪਿਛਲੇ 20 ਸਾਲਾਂ ਤੋਂ ਉਹਨਾਂ ਦੇ ਆਰੰਭੇ ਕਾਰਜਾਂ ਨੂੰ ਪੂਰੀਆਂ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਨੇ। ਮੈਂ ਜਦੋਂ 20 ਸਾਲ ਪਹਿਲਾਂ ਢਾਹਾਂ ਕੇੜਾਂ ਵਿਚ ਆਈ ਸੀ ਤੇ ਮੈਨੂੰ ਸੇਵਾ ਦੇ ਮੈਨੇ ਵੀ ਨਹੀਂ ਸੀ ਪਤਾ। ਕਹਿੰਦੇ ਨੇ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਬਾਬਾ ਜੀ ਦੇ ਕੋਲ ਆ ਕੇ ਹੀ ਮੇਰੀ ਸ਼ਖਸੀਅਤ ਦੇ ਵਿਚ ਇਹ ਸਾਰਾ ਕੁਛ ਆਇਆ ਤੇ ਇਸੇ ਹੀ ਸ਼ਖਸੀਅਤ ਦੀ ਇਸ ਘਟ ਦੇ ਕਰਕੇ ਹੀ ਮੈਂ ਅੱਜ ਬਾਬਾ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਸ ਸਮਾਜ ਸੇਵਾ ਦੇ ਖੇਤਰ ਵਿਚ ਵਿਚਰ ਰਹੀ ਹਾਂ। ਜਿਸ ਸਮਾਜ ਦੇ ਵਿਚ ਹੈਲਥ ਤੇ ਐਜੂਕੇਸ਼ਨ ਵਰਗੀਆਂ ਸੁਵਿਧਾਵਾਂ ਨਹੀਂ, ਉੱਥੇ ਬਾਬਾ ਜੀ ਨੇ ਖਾਸ ਕਰਕੇ ਪੇਂਡੂ ਏਰੀਏ ਦੇ ਵਿਚ ਇਹ ਦੋਨੋਂ ਸਹੂਲਤਾਂ ਦੇਣ ਦਾ ਮਨ ਬਣਾਇਆ ਹੋਇਆ ਸੀ। ਇਹ ਸਾਰੀਆਂ ਗੱਲਾਂ ਬਾਬਾ ਜੀ ਕੋਲੋਂ ਸੁਣ ਕੇ ਮੈਂ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਤੇ ਮੈਂ ਵੀ ਆਪਣੇ ਆਪ ਨੂੰ ਇਹਨਾਂ ਦੇ ਮਿਸ਼ਨ ਤੇ ਉਸ ਦਿਨ ਤੋਂ ਹੀ ਤੋਰ ਲਿਆ ਤੇ ਅੱਜ ਤੱਕ ਮੈਂ ਬਾਬਾ ਜੀ ਦੇ ਨਾਲ ਇਹਨਾਂ ਦੇ ਮਿਸ਼ਨ ਤੇ ਦਿਨ ਰਾਤ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਡਾ ਕੇ ਕੰਮ ਕਰ ਰਹੀ ਹਾਂ। ਬੁਲੰਦ ਇਰਾਦਿਆਂ ਵਾਲੀ ਬਾਬਾ ਜੀ ਦੀ ਇਹ ਟੀਮ ਸੂਰਜ ਦੀ ਪਹਿਲੀ ਕਿਰਨ ਨਾਲ ਹੀ ਚੱਲ ਪੈਂਦੀ ਹੈ ਸਾਧਨ ਜੁਟਾਉਣ, ਲੋਕ ਭਲਾਈ ਦੇ ਆਰੰਭੇ ਕਾਰਜਾਂ ਨੂੰ ਪੂਰੀਆਂ ਕਰਨ। ਕਿੰਨਾ ਵੱਡਾ ਸਿਰੜ, ਕਿੰਨੀ ਵੱਡੀ ਜ਼ਿੰਮੇਵਾਰੀ ਅਤੇ ਜਵਾਬਦੇਹੀ, ਪਰ ਕਿੰਨਾ ਵੱਡਾ ਪੁੰਨ ਦਾ ਕੰਮ, ਖੁਸ਼ੀ ਤੇ ਆਤਮ ਸੰਤੁਸ਼ਟੀ ਸਿਰਫ ਇਸੇ ਗੱਲ ਦੀ। ਆਪਣੀ ਜ਼ਿੰਦਗੀ ਦੇ 30-35 ਸਾਲ ਲੋਕ ਸੇਵਾ ਦੇ ਲੇਖੇ ਲਾਉਣ ਵਾਲੇ ਕਰਮਯੋਗੀ ਪੁਰਖ ਬਾਬਾ ਬੁੱਧ ਸਿੰਘ ਜੀ ਦਾ ਹੁਣ ਬੀਤ ਅਤੇ ਕੰਢੀ ਦੇ ਇਸ ਇਲਾਕੇ ਵਿਚ ਆਉਣਾ ਇਸ ਇਲਾਕੇ ਲਈ ਇਕ ਵਰਦਾਨ ਹੈ ਅਤੇ ਇਕ ਬਹੁਤ ਵੱਡਾ ਵਿਸ਼ਵਾਸ ਕਿ ਆਉਣ ਵਾਲੇ ਸਾਲਾਂ ਵਿਚ ਇਸ ਵਿਰਾਨ, ਅਵਿਕਸਿਤ ਅਤੇ ਸਹੂਲਤਾਂ ਵਿਹੂਣੇ ਇਲਾਕੇ ਦੇ 200-250 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਮਿਆਰੀ ਸਿੱਖਿਆ ਹਾਸਲ ਹੋਏਗੀ। ਕਰੋੜਾਂ ਦਾ ਪ੍ਰੋਜੈਕਟ ਇਸ ਇਲਾਕੇ ਵਿਚ ਲੱਗਣ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਲੋਕਾਂ ਦਾ ਜੀਵਨ ਸੁਧਰੇਗਾ। ਇੰਨੇ ਸਾਲਾਂ ਤੋਂ ਅਣਗੌਲਿਆ, ਅਵਿਕਸਿਤ ਅਤੇ ਪਿਛੜਾ ਇਲਾਕਾ ਤਰੱਕੀ ਦੀਆਂ ਨਵੀਆਂ ਸਿਖਰਾਂ ਛੂਏਗਾ।
पर ए सब संभव हो सकेगा आप सबना दे सहयोग सदका ही। तुसी हो ता साडा हर सुपना साकार, तुसी हो ता कामयाबी बेशुमार। इस महान कारज विच अपना बेशकीमती योगदान पाउण लई स्क्रीन ते दित्ते नंबरां ते तुसी संपर्क कर सकदे हो। इस ट्रस्ट नूं दित्ती हर डोनेशन नूं इनकम टैक्स तों छूट मिलेगी।